Dámelo ahí. Body, dame body. Dámelo.
ਬਾਬਾ ਜੀ ਦੇ ਪ੍ਰੇਮੀ, ਬਾਬਾ ਜੀ ਨੂੰ ਪਿਆਰ ਕਰਨ ਵਾਲੇ, ਬਾਬਾ ਜੀ ਨੂੰ ਮੁਹੱਬਤ ਕਰਨ ਵਾਲੇ ਸਾਡੇ ਆਦਰਣੀ ਪਿੰਦਰ ਭਗਤ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਨ, ਬੜਾ ਸਾਰਾ ਸਨਮਾਨ, ਹਮੇਸ਼ਾ ਹਮੇਸ਼ਾ ਇਹਨਾਂ ਮਹਾਂਪੁਰਖਾਂ ਦੇ ਸਦਕੇ ਹੀ ਜ਼ਿੰਦਗੀਆਂ ਚੱਲਦੀਆਂ ਨੇ। ਇਹ ਮੁਹੱਬਤ ਕਰਨ ਵਾਲੇ, ਇਹ ਪਿਆਰ ਕਰਨ ਵਾਲੇ ਆ, ਇਹ ਇਸ਼ਕ ਕਰਨ ਵਾਲੇ ਆ। ਆਪ ਜੀ ਹਮੇਸ਼ਾ ਹਮੇਸ਼ਾ ਬਾਬਾ ਜੀ ਆਓ, ਤੁਹਾਨੂੰ ਬਹੁਤ ਮਜ਼ਾ ਲੈਣਗੇ, ਹਲੇ ਆਪਾਂ ਆਨੰਦ ਲੈਣਾ। ਮੈਂ ਚਾਹਾਂਗਾ ਜ਼ੋਰਦਾਰ ਤਾਲੀਆਂ ਲਾਓ ਇਹਨਾਂ ਵਾਸਤੇ, ਪੂਰੇ ਪਰਿਵਾਰਾਂ ਲਈ ਪਹਿਲੀ ਤਾਲੀਆਂ ਦੱਸ ਕੇ ਲਾਇਓ। ਹੁਣ ਜੇ ਤੁਸੀਂ ਕਿਸੇ ਦੀ ਤਾਲੀਆਂ ਲਾਓਗੇ, ਬਾਬਾ ਜੀ ਤੁਹਾਡੇ ਲਈ ਦਸਵੇਂ ਲਵਾਓਗੇ। ਮੰਗਨੇ ਸੇ ਪਹਿਲੇ ਹੀ ਮੇਰੀ ਝੋਲੀ ਭਰ ਜਾਤੀ ਹੈ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਇਹ ਦਰਬਾਰ ਇੱਕ ਐਸਾ ਦਰਬਾਰ ਹੈ, ਕਹਿਣ ਦੀ ਲੋੜ ਨਹੀਂ ਪੈਂਦੀ, ਬਸ ਮੁਹੱਬਤ ਹੋਣੀ ਚਾਹੀਦੀ ਹੈ, ਪਿਆਰ ਹੋਣਾ ਚਾਹੀਦਾ। ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਬਾਬਾ ਬਾਲਕ ਨਾਥ ਜੀ ਦੇ ਦਰਬਾਰ 'ਤੇ ਧੂਣੇ ਚੁਕਾਏ ਜਾਂਦੇ ਆ, ਇੱਕ ਤਾੜੀ ਬਾਬਾ ਜੀ ਧੂਣੇ ਵਾਸਤੇ ਲਾ ਦਿੰਦੇ। ਆਹਾ, ਹੁਣ ਗੌਰ ਕਰਿਓ, ਇੱਕ ਦਿਨ ਬਾਬਾ ਬਾਲਕ ਨਾਥ ਜੀ ਦੇ ਧੂਣੇ ਦੀ ਪਬੂਤੀ, ਬਾਬਾ ਜੀ ਦੇ ਧੂਣੇ ਦੀ ਪਬੂਤੀ ਮੈਂ ਮੱਥੇ ਤੇ ਲਾਈ। ਹੁਣ ਜਿੱਦਾਂ ਹੀ ਬਾਬਾ ਜੀ ਦੇ ਧੂਣੇ ਦੀ ਪਬੂਤੀ ਲਾ ਕੇ ਮੈਂ ਮੱਥੇ ਤੇ ਘਰੋਂ ਬਾਹਰ ਨਿਕਲਿਆ, ਇੱਕ ਮੇਰਾ ਯਾਰ ਮਿਲਿਆ, ਮੈਨੂੰ ਕਹਿੰਦਾ ਯਾਰ ਤੂੰ ਮੱਥੇ ਤੇ ਕੀ ਲਾਇਆ? ਮੈਂ ਕਿਹਾ ਮੈਂ ਆਪਣੇ ਸਿੱਖ ਜੋਗੀ ਪਾਉਣਾ ਹਰੀ ਬਾਬਾ ਜੀ ਦੇ ਧੂਣੇ ਦੀ ਪਬੂਤੀ ਲਾਈ। ਕਹਿੰਦੇ ਲੋਕੀ ਖਾਂਦੇ ਆ, ਛਕਦੇ ਆ, ਆਹ ਤੂੰ ਮੱਥੇ ਤੇ ਲਾ ਕੇ ਕਿਉਂ ਘੁੰਮਦਾ ਰਹਿਣਾ? ਮੈਂ ਕਿਹਾ ਸੁਣਿਆ, ਘਰ ਦੀਆਂ ਦੀਵਾਰਾਂ, ਘਰ ਦੀਆਂ ਕੰਧਾਂ ਜਦੋਂ ਕੱਚੀਆਂ ਪੈ ਜਾਣ, ਆ ਸੀਮਟ ਬਜਰੀ ਰੇਤਾ ਪਾ ਕੇ ਪੱਕੀਆਂ ਕਰਦੀ ਹੈ, ਪਰ ਜਦੋਂ ਕਿਤੇ ਤਕਦੀਰਾਂ ਟੁੱਟਣ ਦੀ ਵਾਰੀ ਹੋਵੇ ਤਾਂ ਮੇਰੇ ਬਾਬਾ ਬਾਲਕ ਨਾਥ ਦੇ ਧੂਣੇ ਦੀ ਭਗੂਤੀ ਲਈ ਟੁੱਟੀਆਂ ਤਕਦੀਰਾਂ ਵੀ ਜੋੜ ਦਿੰਦੀ ਹੈ ਮੇਰੇ ਬਾਬਾ ਜੀ ਦੇ ਧੂਣੇ ਦੀ ਭਗੂਤੀ। ਇਹ ਉਹ ਧੂਣਾ ਮੇਰੇ ਸਿੱਖ ਜੋਗੀ ਪਾਉਣਾ ਹਰੇ ਬਾਬਾ ਜੀ ਦਾ। ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਟੇਂਦੀ ਭਾ ਸਕਣਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸਕਣਾ। ਹੱਸੋਗੇ ਤਾਂ ਸਾਰਾ ਜੱਗ ਨਾਲ ਹੱਸੇਗਾ, ਜੇ ਰੋਵੇ ਜ਼ੋਰਦਾਰ। ਔਰ ਮੈਂ ਸਭ ਤੋਂ ਜ਼ਿਆਦਾ ਸ਼ੁਕਰ ਗੁਜ਼ਾਰ ਇਹ ਛੋਟੇ ਛੋਟੇ ਬਾਲਕਿਆਂ ਦਾ, ਜਿਨ੍ਹਾਂ ਦੇ ਕਰਕੇ ਘਰ ਘਰ ਦੇ ਵਿੱਚ ਇਹ ਭੇਡ ਗੂੰਜੀ। ਬਾਬਾ ਬਾਲਕ ਨਾਥ ਜੀ ਦੀ ਮੋਰਾ ਮੈਂ ਮੋਰਾ ਮਾਤਰ ਇੱਕ ਪਹਿਲੀ ਐਸੀ ਭੇਡ ਹੋਈ ਹੈ, ਜਿਹੜੇ ਨਿੱਕੇ ਨਿੱਕੇ ਬੱਚੇ ਆਪਣੇ ਮਾਂ ਬਾਪ ਨੂੰ ਕਹਿੰਦੇ ਆ ਕਿ ਇਹ ਭੇਡ ਪਈ ਤਾਂ ਕੰਮ ਮੇਰੇ ਕੋਈ ਆਇਆ ਨਹੀਂ, ਕਰਾ ਜਾਂਦਾ ਫਿਰ ਹੱਥ ਵਿੱਚ ਫੜ ਕੇ ਚਿਮਟਾ, ਜੋਗੀ ਮੇਰਾ ਆ ਜਾਂਦਾ। ਅੱਛਾ, ਜਿਹੜੇ ਜਿਹੜੇ ਅੱਛਾ ਦੁੱਖ ਵੇਲੇ ਬਾਬਾ ਜੀ ਕੰਮ ਆਏ ਆ, ਉਹ ਸਾਰੇ ਜਣੇ ਜਿਹੜਾ ਹੱਥ ਖੁਟਾਏ ਮੇਰੇ ਨਾਲ, ਆਪਾਂ ਸਾਰੇ ਹਾਜ਼ਰੀ ਲਾਉਣੀ ਆ। ਇਸ ਜੱਗ ਵਿੱਚ ਭਗਤੋ ਜੱਗ ਵੀ ਮੈਂ ਘਬਰਾ ਜਾਂਦਾ, ਇਸ ਜੱਗ ਵਿੱਚ ਭਗਤੋ ਫਿਰ ਹੱਥ ਵਿੱਚ ਫੜ ਕੇ ਚਿਮਟਾ, ਜੋਗੀ ਮੇਰਾ। ਜਿਹੜੇ ਜਿਹੜੇ ਕੰਮ ਬਾਬਾ ਜੀ ਆਏ ਆ, ਜਿਹੜੇ ਕਾਰਜ ਕਦੀ ਨਹੀਂ ਸਵਾਰੇ ਉਹਨਾਂ ਹੱਥ ਉਠਾਇਓ, ਪਰ ਜਿਹੜੇ ਕਾਰਜ ਮੇਰੇ ਪੌਣਾ ਹਾਲ ਨੇ ਸਵਾਰੇ ਦੋਨੋਂ ਹੱਥ ਉਠਾ ਕੇ। ਇਸ ਜੱਗ ਵਿੱਚ
ਇਸ ਜਗ ਵਿੱਚ ਭਗਤੋ ਜਦ ਵੀ ਮੈਂ ਕਬਰਾ ਜਾਂਦਾ, ਫਿਰ ਹੱਥ ਵਿੱਚ ਫੜ ਕੇ ਚਿਮਟਾ ਨਾਥ ਮੇਰਾ ਆ ਜਾਂਦਾ, ਫਿਰ ਹੱਥ ਵਿੱਚ ਫੜ ਕੇ ਚਿਮਟਾ, ਫਿਰ ਹੱਥ ਵਿੱਚ ਫੜ ਕੇ ਭਗਤੋ ਜਦ ਵੀ ਮੈਂ ਕਬਰਾ ਜਾਂਦਾ, ਇਹ ਜਿਹੜੀ
ਇਹ ਜਿਹੜਾ ਸਭ ਤੋਂ ਵੱਡਾ ਗਹਿਣਾ ਪਰਿਵਾਰ ਦਾ, ਇਹਦੇ ਤੋਂ ਵੱਡਾ ਦੁਨੀਆ ਦੇ ਵਿੱਚ ਪਿਆਰ ਮੁਹੱਬਤ ਨਹੀਂ ਹੋ ਸਕਦਾ। ਤੁਸੀਂ ਇਹ ਦੇਖੋ ਕਿ ਕਿੰਨਾ ਵਿੱਚ ਬੜ ਕੇ ਆ ਜਾਂਦਾ ਕਰਾ ਜਾਂਦਾ ਫਿਰ ਹੱਥ ਵਿੱਚ ਫੜ ਕੇ ਫਿਰ ਹੱਥ ਵਿੱਚ ਫੜ ਕੇ ਜਿੰਦਾ ਨਾਥ ਮੇਰਾ ਕਰ ਕੱਚਾ ਪਰ ਮਨ ਪੱਕਾ ਮੈਂ ਕਰ ਲਿਆ ਹੈ ਮੇਰੇ ਸਿੱਧ ਜੋਗੀ ਨੇ ਹੱਥ ਹੁਣ ਮੇਰਾ ਫੜ ਲਿਆ ਮੇਰੀ ਪੱਲ ਵਿੱਚ ਆ ਕੇ ਵਿਗੜੀ ਗੱਲ ਬਣਾ ਦਿੰਦਾ ਮੇਰਾ ਹੱਥ ਵਿੱਚ ਫੜ ਕੇ ਫਿਰ ਹੱਥ ਵਿੱਚ ਫੜ ਕੇ ਚਿਮਟਾ ਨਾਥ ਮੇਰਾ ਆ ਜਾਂਦਾ ਜੋਗੀ ਮੇਰਾ ਇਨਾਇਤ ਤੇ ਜਦ ਦੁੱਖਾਂ ਦਾ ਬਦਲ ਛਾ ਜਾਂਦਾ ਆਓ ਸਾਰੇ ਜਣੇ ਪਰੋਂ ਨੂੰ ਸੰਗਤ ਚੜ ਲਾ ਕੇ ਉਹ ਫਿਰ ਹੱਥ ਵਿੱਚ ਫੜ ਕੇ ਜੋਗੀ 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 ਜ
ਜਿਨ੍ਹਾਂ ਦਾ ਯੋਗਦਾਨ ਵੀ ਇਸ ਮੰਦਰ ਦੀ ਸੰਸਥਾ ਤੋਂ ਪਹਿਲਾਂ ਦਾ, ਯਾਨੀ 50 ਸਾਲ ਤੋਂ ਉੱਪਰ ਹੋ ਗਏ ਸਾਡੇ ਨਾਲ ਚੌਂਕੀ 'ਤੇ ਜਾਂਦੇ ਰਹੇ, ਭਜਨ ਕੀਰਤਨ ਵੀ ਕਰਦੇ ਰਹੇ ਹਾਂ ਨਾਲ। ਹਾਂਜੀ, ਤੀਜੇ ਮਨੋਜ ਕੁਮਾਰ ਜੀ, ਮੰਦਰ ਸ਼੍ਰੀ ਸ਼੍ਰੀ ਬਾਬਾ ਬਾਲਕ। ਵਿਰੇਂਦਰ ਭਗਤ ਜੀ ਤੁਸੀਂ ਵੀ ਆ ਜਾਓ, ਨੌ ਤਾਂ ਮੈਂ ਤੁਹਾਡੇ ਜਾਣਦਾ ਨਹੀਂ। ਅਤੇ ਇੱਕ ਜੈਸ਼ਪਾਲ ਜੀ ਪਟਿਆਲੇ ਵਾਲੇ, ਉਹਨਾਂ ਅੱਗੇ ਬੇਨਤੀ ਹੈ ਮਿੱਤਲ ਸਾਹਿਬ ਨੂੰ ਵੀ, ਸਿੰਗਲਾ ਸਾਹਿਬ ਜੀ ਨੂੰ। ਮੰਦਰ ਸ਼੍ਰੀ ਬਾਬਾ ਬਾਲਕ ਨਾਥ ਪੀਰਖਾਨਾ ਰੋਡ।